ਉਸ ਤੋਂ ਬਾਅਦ ਜਦੋਂ ਪੰਜਾਬ ਮਾਰਚ ਹੋ ਗਿਆ, ਸਰਕਾਰ ਕੰਬ ਗਈ ਵੀ ਬਹੁਤ ਵੱਡਾ ਹੁਲਾਰਾ ਮਿਲ ਰਿਹਾ। ਉਦੋਂ ਬਾਅਦ ਰਬੈਰੋ ਨੂੰ ਇੱਥੇ ਲਾਇਆ ਗਿਆ, ਅੱਛਾ, ਉਸ ਤੋਂ ਬਾਅਦ ਲੱਗਾ ਸੀ ਡੀਜੀਪੀ। ਰਬੈਰੋ। ਹਾਂ, ਡੀਜੀਪੀ ਨੂੰ ਰਬੈਰੋ ਨੂੰ ਉਹਨੇ ਇੱਕ ਪਲੈਨ ਬਣਾ ਲਈ ਸਰਕਾਰ ਨੇ ਵੀ ਇਸ ਪਰਿਵਾਰ ਦੀਆਂ ਗਤੀਵਿਧੀਆਂ ਜਾਂ ਇਹਨਾਂ ਨਾਲ ਜੁੜੇ ਹੋਏ ਬੰਦਿਆਂ ਨੂੰ ਖਤਮ ਕਿਵੇਂ ਕਰਨਾ। ਦੋ ਤਰੀਕੇ ਅਪਣਾਏ ਉਹਨਾਂ ਨੇ, ਇੱਕ ਤਾਂ ਬਦਨਾਮੀ ਦਾ ਵੀ ਬਹੁਤ ਕੁਛ ਬਣਾ ਲਿਆ ਜੀ, ਆਹ ਕਰ ਲਿਆ ਜੀ, ਦੂਸਰਾ ਇਹ ਸੀ ਖਾੜਕੂ ਧਿਰਾਂ ਵਿੱਚ ਬੰਦੇ ਵੜਦੇ, ਦੂਜੇ ਪਾਸੇ ਇੱਥੇ ਆ ਕੇ ਜਿਹੜਾ ਇੱਥੋਂ ਦਾ, ਮੈਂ ਤੁਹਾਨੂੰ ਆਪਦਾ ਦੱਸਦਾ ਹਕੀਤ ਕੀ ਹੋਈ। ਰਬੈਰੋ ਨੇ ਇੱਥੇ ਇੱਕ ਮਿੱਤ ਸਿੰਘ ਠਾਣੇਦਾਰ ਲਾਤਾ, ਬਾਕੀ ਪੁਰਾਣੇ, ਬਾਕੀ ਪੁਰਾਣੇ, ਠੀਕ ਹੈ। ਉਹਨੇ ਕੀ ਕੀਤਾ ਵੀ ਸਾਡੇ ਜਿਵੇਂ ਕਰਫਿਊ ਲੱਗਾ ਹੁੰਦਾ, ਫੌਜ ਲੱਗੀ ਸੀ, ਕਰਫਿਊ ਦੀ ਹਾਲਾਤ ਬਣਾ ਕੇ ਪਿੰਡ 'ਚ ਇੱਥੇ ਬਾਹਰ ਸਾਡੇ ਬਾਹਰ 'ਚ ਅਨਾਊਂਸਮੈਂਟ ਕਰਨਾ ਸੀ ਵੀ ਜਿਹੜਾ ਵੀ ਘਰੇ ਇਹਨਾਂ ਦੇ ਵੜਿਆ ਕੋਈ, ਉਹ ਜਿਉਂਦਾ ਨਹੀਂ ਬਚ ਸਕਦਾ। ਆਏ ਹਾਏ ਹਾਏ, ਅੱਛਾ, ਇਹ ਚੀਜ਼ਾਂ ਹੰਡਾਈਆਂ ਨੇ ਪਰਿਵਾਰ ਨੇ। ਬਿਲਕੁਲ, ਮੈਂ ਤੁਹਾਨੂੰ ਅੱਗੇ ਦੱਸਦਾ ਮੈਂ ਤਾਂ ਇਹ ਗੱਲ ਰੋਕਦਾ ਵਾਂ, ਸੋ ਦਰਸ਼ਕੋ ਗੱਲ ਫਿਰ ਸਮਝਿਆ ਜੇ, ਇੱਕ ਵਾਰੀ ਮੈਂ ਗੁਰਮੁਖਾਂ ਦੀ ਗੱਲ ਰੋਕ ਰਿਹਾ ਵਾਂ। ਕਈ ਵਾਰੀ ਸਾਨੂੰ ਇੰਝ ਲੱਗਦਾ ਕਿ ਸ਼ਹਾਦਤਾਂ ਤੋਂ ਬਾਅਦ ਖਰੇ ਕਿੱਡੇ ਕੁ ਵੱਡੇ ਮੁੱਲ ਵੱਟੇ ਗਏ ਹੋਣੇ। ਮੈਂ ਤੁਹਾਨੂੰ ਉਹ ਛੱਤਾਂ ਵਿਖਾ ਕੇ ਆਇਆ ਮੈਂ ਡਿਉੜੀ ਦੀਆਂ, ਅੱਜ ਵੀ ਬਾਲੀਆਂ ਦੀਆਂ ਛੱਤਾਂ ਨੇ, ਕਿੰਨੇ ਕੁ ਮੁੱਲ ਵੱਟੇ ਗਏ ਨੇ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ। ਕਈਆਂ ਨੂੰ ਲੱਗਦਾ ਵੀ ਬਹੁਤ ਕਰੋੜਾਂ ਰੁਪਈਏ ਫੰਡ ਆ ਗਿਆ ਹੋਣਾ, ਵੱਡੇ ਵੱਡੇ ਫਾਰਮ ਹਾਊਸ ਬਣਾ ਲਏ ਹੋਣੇ ਨੇ। ਮੈਂ ਕਹਿੰਦਾ ਕਿ ਤੁਸੀਂ ਫੰਡਾਂ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਆਹ ਤਸ਼ੱਦਦ ਦੀ ਗੱਲ ਵੀ ਕਰਿਆ ਕਰੀਏ ਵੀ ਆਖਰਕਾਰ ਵਾਪਰਦਾ ਕੀ ਹੈ। ਅੱਛਾ, ਉਹ ਫਿਰ ਬਾਹਰ ਦੇ ਮੂਹਰੇ ਆ ਕੇ ਮਿੱਤ ਸਿੰਘ ਅਨਾਊਂਸਮੈਂਟ ਕਰਦੇ, ਹਾਂ ਫੌਜ ਲਾ ਕੇ, ਹਾਂ ਸਾਰਿਆਂ ਨੂੰ ਸੁਣਾ ਕੇ ਵੀ ਜੇ ਪਿੰਡ ਦਾ ਕੋਈ ਬੰਦਾ ਇੱਥੇ ਵੜਿਆ ਇਹਨਾਂ ਦੇ ਘਰੇ। ਅਤੇ ਉਸ ਤੋਂ ਬਾਅਦ ਕੀ ਕੀਤਾ, ਉਹ ਇੱਕ ਦਿਨ ਆਇਆ, ਅਸੀਂ ਘਰ ਹੀ ਸੀ, ਅਸੀਂ ਭੱਜ ਗਏ ਇਹਨੂੰ ਵੇਖ ਕੇ। ਉਹਨੇ ਕੀ ਕੀਤਾ, ਸੰਤਾਂ ਦੇ ਘਰੇ, ਸੰਤਾਂ ਦੀ ਮਾਤਾ ਸੀ, ਬਾਬਾ ਜੀ ਸੀਗੇ, ਠੀਕ ਹੈ, ਉਹਨੇ ਉੱਧਰ ਹੀ ਗਿਆ ਜਿਹੜੇ ਡੰਗਰ ਸੀ ਸਾਰੇ ਖੋਲ ਤੇ, ਪਸ਼ੂਆਂ ਦੇ ਸੰਗਲ ਲਾ ਤੇ, ਡੰਗਰਾਂ ਦਾ ਕੀ ਕਸੂਰ ਸੀ, ਤੇ ਉਹ ਭਜਾ ਤੇ ਵੀ ਛੱਡ ਦਿਓ ਜੀ ਇਹਨੂੰ। ਫਿਰ ਉਹ ਚਾਟੀ ਹੁੰਦੀ ਦੁੱਧ ਦੀ, ਉਹ ਸ਼ਾਮ ਨੂੰ ਮਤਲਬ ਕਾੜ ਕੜਿਆ ਹੋਇਆ ਦੁੱਧ ਉੱਥੇ ਰੱਖਿਆ ਹੋਇਆ ਸੀ, ਉਹਨੇ ਮਾਰਿਆ ਲੱਤ, ਠੁੱਡਾ ਮਾਰਿਆ ਪੈਰ ਦਾ, ਉਹ ਡੋਲਤਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਘਰ 'ਚ, ਘਰ 'ਚ, ਓਹੋ ਹੋ, ਜਦੋਂ ਡੋਲਤਾ, ਮਾਤਾ ਨੇ ਬੋਲਿਆ ਵੀ ਕਹਿੰਦੀ ਵੀ ਜੇ ਇਹਦੀ ਤਾਂ ਤੂੰ ਪੀ ਲੈਂਦਾ ਇਹ, ਹਾਂ ਬੋਲਣ ਦਾ ਕੀ ਮਤਲਬ ਸੀ ਤੇਰਾ, ਬੋਲਿਆ ਨਹੀਂ ਕੁਛ। ਅੱਗੇ ਲੰਘ ਕੇ ਅੱਗੇ ਗੱਡੀਆਂ ਖੜੀਆਂ ਸੀ ਬਾਬਾ ਜੀ ਦੀਆਂ ਦੋ, ਜਿਹੜੀਆਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਂਦੇ ਸੀ, ਉਹਨਾਂ ਦੇ ਸੀਸੇ ਭੰਨਤੇ। ਅੱਜ ਤੱਕ ਉਹ ਗੱਡੀਆਂ ਸਾਨੂੰ ਨਹੀਂ ਮਿਲੀਆਂ, ਉਹ ਗੱਡੀਆਂ ਉੱਥੇ ਲੈ ਗਏ, ਪਤਾ ਨਹੀਂ ਕਿੱਥੇ ਖਪਾਈਆਂ, ਉਹ ਕਿੱਥੇ ਲੈ ਗਏ, ਜਿੰਨੇ ਸਾਡੇ ਮਤਲਬ ਜੇ ਕੋਈ ਇੱਕ ਦੋ ਬੰਦੇ ਮਿਲੇ ਉਹਨੂੰ ਚੱਕ ਕੇ ਲੈ ਗਿਆ। ਭਾਈ ਵੀਰ ਸਿੰਘ ਨੂੰ ਟਾਰਚਰ ਕੀਤਾ ਗਿਆ, ਸੰਤਾਂ ਦੇ ਵੱਡੇ ਭਾਈ ਸੀ। ਅੱਜ ਉਹ ਮੇਰਾ ਖਿਆਲ ਆ ਵੀ 6-7 ਸਾਲ ਉਹ ਮੰਜੇ 'ਤੇ ਹੀ ਪੈ ਰਹੇ ਕੁੱਟ ਦੇ ਕਾਰਨ, ਇੰਨਾ ਟੋਰਚਰ ਹੋਇਆ, ਇੰਨਾ ਟਾਰਚਰ ਹੋਇਆ। ਉਹਨੇ ਮਤਲਬ ਘੋਟੇ ਲੱਗੇ, ਖੁਸ਼ਕੀ ਠਾਣੇਦਾਰ ਉਸ ਤੋਂ ਬਾਅਦ ਆਇਆ, ਉਹਨੇ ਲਾਏ ਸੀ। ਅੱਛਾ, ਉਹ ਜਦੋਂ ਠਾਣੇਦਾਰ ਇੱਥੋਂ ਚਲਾ ਗਿਆ, ਸਾਰਾ ਮਤਲਬ ਡੰਗਰ ਵੀ ਛੱਡਤੇ ਸਾਡੇ, ਅਸੀਂ ਤਾਂ ਘਰ ਹੀ ਨਹੀਂ ਸੀ। ਜਿਹੜੀ ਫੌਜ ਸੀ ਉਹ 4 ਚੁਫੇਰੇ ਘੇਰਾ ਪਿੰਡ ਦਾ, ਛੋਟੇ ਪਿੰਡ ਤੋਂ ਵੇਖ ਹੀ ਲਿਆ, ਇੱਥੇ 2 ਨਾਕੇ ਲੱਗੇ ਹੋਏ ਸੀ ਦੋਨੇ ਪਾਸੇ ਸਾਡੇ 12 ਦੇ ਸੜਕ ਦੇ ਉਧਰਲੇ ਪਾਸੇ, ਇੱਧਰ ਵੀ ਕਿਸੇ ਨੂੰ ਇਜਾਜ਼ਤ ਹੀ ਨਹੀਂ ਸੀ ਵੀ ਅਸੀਂ ਇੱਥੇ ਐਂਟਰ ਕਰ ਸਕੀਏ, ਠੀਕ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਉਹਨੇ ਬੰਦੇ ਚਾਚਾ ਜੀ ਸਾਡੇ ਫੜ ਲਏ, ਇਹਨਾਂ ਨੂੰ ਅੰਦਰ ਕਰਤਾ। ਕੀ ਨਾਮ ਸੀ ਉਹਨਾਂ ਦਾ? ਇਹੀ ਭਾਈ ਹਰਜੀਤ ਸਿੰਘ ਜੀ। ਅੱਛਾ, ਹਰਜੀਤ ਸਿੰਘ ਬਾਪੂ ਜੀ ਨੂੰ ਫੜ ਲਿਆ, ਜੇਲ੍ਹ 'ਚ ਰਹੇ ਆ। ਜੇਲ੍ਹ 'ਚ ਤਾਂ ਸਾਡੇ ਤਕਰੀਬਨ, ਮੇਰਾ ਖਿਆਲ ਹੈ ਵੀ ਕੋਈ ਇਹ ਜਿਹੜੇ ਛੋਟੇ ਬੱਚੇ ਆ ਇਹੀ ਬੱਚੇ ਹੋਣਗੇ, ਮੇਰੀ ਉਮਰ ਤੋਂ ਲੈ ਕੇ ਸਾਡੇ ਚਾਚੇ ਤਾਂ ਸਾਰੇ ਹੀ ਅਸੀਂ ਜੇਲ੍ਹਾਂ ਵੇਖੀਆਂ ਨੇ, ਜੇਲ੍ਹਾਂ ਵੇਖੀ। ਉਹਨਾਂ 'ਤੇ ਵੀ ਕੈਪਟਨ ਹਰਚੰਦ ਸਿੰਘ 'ਤੇ NSC ਲੱਗੀ, ਟਾਡਾ ਦਾ ਕੇਸ ਸਰਪੰਚ ਸਾਹਿਬ 'ਤੇ ਪਿਆ, ਭਾਈ ਹਰਜੀਤ ਸਿੰਘ 'ਤੇ, ਭਾਈ ਵੀਰ ਸਿੰਘ ਸੀ, ਤਰਲੋਚਨ ਸਿੰਘ 'ਤੇ, ਮੇਰੇ 'ਤੇ, ਹਾਂ ਸਾਰਿਆਂ 'ਤੇ ਸਾਡੇ 'ਤੇ ਟਾਡਾ ਦੇ ਕੇਸ ਪਏ।
ਉਹ ਵੀ 1900 ਮੇਰਾ 96 ਸਰਕਾਰ ਬਣੀ ਅਕਾਲੀ ਦਲ ਦੀ, ਉਦੋਂ ਕੇਸ ਵਾਪਸ ਲਏ ਗਏ। ਦੂਸਰੀ ਗੱਲ ਸ਼ਹਾਦਤਾਂ ਦੀ ਲਾ ਲਓ, ਪਿਤਾ ਜੀ ਸਾਡੇ ਸ਼ਹੀਦ ਹੋ ਗਏ, ਚਾਚਾ ਜੀ ਸਾਡੇ ਸ਼ਹੀਦ ਹੋ ਗਏ, ਚਾਚੇ ਦਾ ਲੜਕਾ ਸਾਡਾ ਸ਼ਹੀਦ ਹੋ ਗਿਆ, ਭਾਈ ਲਕੀਰ ਸਿੰਘ ਰੋਡੇ ਜਿਹੜੇ ਪਾਕਿਸਤਾਨ ਸੀ ਉੱਥੇ ਚਲੇ ਗਏ, ਭਾਈ ਸਵਰਨ ਸਿੰਘ ਉੱਥੇ ਸੰਤਾਂ ਨਾਲ ਸੀਗੇ, ਗੁਰਮੁਖ ਸਿੰਘ ਭਾਈ ਜਸਵੀਰ ਸਿੰਘ ਦਾ ਬੇਟਾ ਅਜੇ ਜੇਲ੍ਹ 'ਚ ਬੇਟਾ, ਬਾਹਰ ਆਉਣ ਦੀ ਕੋਈ ਸੰਭਾਵਨਾ ਹੈ ਨਹੀਂ ਹੈ ਜੀ। ਭਾਈ ਹਾਂ ਭਾਈ ਹਰਜੀਤ ਸਿੰਘ ਜੀ 1993 ਤੋਂ ਲੈ ਕੇ ਅਤੇ ਘੱਟੋ ਘੱਟ 20-25 ਸਾਲ ਉਹ ਸਰਪੰਚ ਹੀ ਰਹੇ ਪਿੰਡ ਦੇ ਇਸ ਸਰਬਸੰਮਤੀ ਨਾਲ। ਮੈਂ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਵਾਂ ਵੀ ਆਪਾਂ ਅਕਸਰ ਇਹ ਤਾਂ ਕਹਿ ਦਿੰਦੇ ਹਾਂ ਸੰਤਾਂ ਦਾ ਪਰਿਵਾਰ, ਪਰ ਸੰਤਾਂ ਦੇ ਪਰਿਵਾਰ 'ਤੇ 84 ਤੋਂ ਪਹਿਲਾਂ ਵੀ ਟੋਰਚਰ ਅਤੇ 84 ਤੋਂ ਬਾਅਦ ਵੀ ਟੋਰਚਰ, 96 ਤੱਕ ਲਗਾਤਾਰ ਹੁੰਦਾ ਰਿਹਾ। ਫਿਰ ਜਦੋਂ ਗੁਰਬਚਨ ਸਿੰਘ ਮਰਗ ਧਾਰ ਕੇ ਨੂੰ ਮਾਰਿਆ, ਹਾਂ 84 ਤੋਂ ਪਹਿਲਾਂ, ਹਾਂ 78 ਦੇ ਵਿੱਚ, 78 ਦੇ ਵਿੱਚ ਨਿਰੰਕਾਰੀ ਕਾਂਡ ਹੋਇਆ, ਕਾਂਡ ਤੋਂ ਬਾਅਦ ਉਹਨੂੰ ਮਾਰਿਆ ਗਿਆ। ਹਾਂ ਅਤੇ ਉਹ ਮੇਰੇ ਪਿਤਾ ਜੀ 'ਤੇ ਕੇਸ ਪਿਆ, ਪੁਲਿਸ ਇੱਥੇ ਸਾਨੂੰ ਉਦੋਂ ਤੰਗ ਕਰਦੀ ਰਹੀ। ਕਾਰਬਨ ਉਹਨਾਂ ਦੀ ਸੀ, ਲਸਾਂਸੀ ਕਾਰਬਨ ਜਿਹੜੀ ਕਹਿੰਦੇ ਸੀ ਨਰਕਧਾਰੀ 'ਤੇ ਗੋਲੀਆਂ ਚੱਲੀਆਂ, ਉਹ ਉਹਨਾਂ 'ਤੇ ਪਾਈ ਗਈ ਵੀ ਇਹ ਇਹਨਾਂ ਦੀ ਸੀ। ਉਹ ਉਦੋਂ 'ਤੇ ਲੈ ਕੇ ਫਿਰ ਲਾਲਾ ਜਗਤ ਰਿਆਂ ਦਾ ਕਤਲ ਹੋਇਆ, ਭਾਈ ਸਵਰਨ ਸਿੰਘ, ਭਾਈ ਦਲਵੀਰ ਸਿੰਘ, 76 ਸਿੰਘ ਰੋਡੇ, ਤਿੰਨਾਂ 'ਤੇ ਕੇਸ ਪਏ, ਉਦੋਂ ਟਾਰਚਰ ਹੋਏ। ਉਦੋਂ ਪੁਲਿਸ ਇੱਥੇ ਬਹੁਤ ਦੰਗੜ ਦੰਗੜ ਕੱਢਦੀ, ਫੜ ਕੇ ਲੈ ਜਾਂਦੀ ਸੀ। ਇਸ ਵਿਹੜੇ ਵਿੱਚ ਪੁਲਿਸ ਨੇ ਪਾਣੀ ਕਿੰਨੀ ਕੁ ਵਾਰੀ ਪੈਰ ਪਾਏ ਆ? ਮੈਂ ਕੋਈ ਹੋਣਾ ਹੀ ਨਹੀਂ ਸਾਲ ਜਿਹੜੇ 'ਚ ਵੀ ਮਹੀਨਾ ਕੋਈ ਐਵੇਂ ਲੰਘ ਗਿਆ ਹੋਵੇ ਉਦੋਂ, ਉਹ ਉਹਨਾਂ ਦਿਨਾਂ ਵਿੱਚ। ਉਹਨਾਂ ਦਿਨਾਂ ਦੇ ਵਿੱਚ ਫਿਰ ਤੁਹਾਡਾ ਸਾਥ ਕਿਸ ਨੇ ਦਿੱਤਾ? ਕੌਮ ਨੇ, ਪਿੰਡ ਨੇ, ਨਗਰ ਨੇ ਬਹੁਤ ਸਾਥ ਦਿੱਤਾ ਸਾਡਾ। ਇੰਨੇ ਕਹਿਣ ਦੇ ਬਾਵਜੂਦ ਵੀ ਤੁਸੀਂ ਕਿਸੇ ਨੇ ਘਰੇ ਨਹੀਂ ਜਾਣਾ, ਸਾਡੇ ਆਂਢੀ ਗੁਆਂਢੀ ਸਾਰੇ ਆ ਬੈਠੇ ਆ, ਸਾਡੇ ਇੱਧਰ ਵੀ ਗੁਆਂਢੀ ਆ, ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ, ਡੰਗਰਾਂ ਨੂੰ ਸਾਡੇ ਨੂੰ ਪੱਠੇ ਵੀ ਪਾਏ। ਇਹ ਗੱਲ ਮੈਨੂੰ ਦੱਸੋ, ਜਿਵੇਂ ਹੁਣ ਮੈਂ ਅਕਸਰ ਹੀ ਸ਼ਹੀਦ ਪਰਿਵਾਰਾਂ ਦੇ ਵਿੱਚ ਜਾਂਦਾ ਵਾਂ, ਮੈਂ ਜਦੋਂ ਇੰਟਰਵਿਊ ਕਰਦਾ ਵਾਂ, ਭਾਵਾਂ ਕਿ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਮੀਡੀਆ ਦੇ ਉੱਪਰ ਵੀ ਸਾਡੇ ਉੱਪਰ ਵੀ ਟੋਰਚਰ ਹੁੰਦੇ ਆ, ਮੈਨੂੰ ਵੀ ਕਪੂਰਥਲੇ ਸੱਦ ਲਿਆ ਜਾਂਦਾ ਆ, ਠੀਕ ਹੈ, CA ਸਟਾਫ ਵੱਲੋਂ ਸਾਰਾ ਸਾਰਾ ਦਿਨ ਮੇਰੀ ਵੀ ਪੁੱਛਗਿੱਛ ਹੁੰਦੀ ਹੈ, ਮੈਨੂੰ ਵੀ ਖੱਜਲ ਖੁਆਰ ਕਰਦੇ ਨੇ। ਆਹ ਜਿਹੜੀਆਂ ਲੋਕ ਕਹਿ ਦਿੰਦੇ ਨਾ ਹਰਪ੍ਰੀਤ ਸਿੰਘ ਮਖੂ ਨੇ ਇੰਟਰਵਿਊ ਕੀਤੀ ਸ਼ਹੀਦ ਪਰਿਵਾਰ ਦੀ ਕੀਤੀ, ਮੈਂ ਚਲੋ ਕੁਛ ਗੱਲਾਂ ਨਹੀਂ ਸੀ ਦੱਸਣੀਆਂ ਚਾਹੁੰਦਾ, ਪਰ ਅੱਜ ਦੱਸਣਾ ਚਾਹੁੰਦਾ ਵਾਂ, ਮੇਰੇ 'ਤੇ ਵੀ ਕਰੋੜ ਦੀ ਮਾਨਹਾਨੀ ਚੱਲਦੀ ਪਈ ਹੈ। ਆਹ ਖਡੂਰ ਸਾਹਿਬ ਦੀ ਧਰਤੀ 'ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਮੈਂ 2 ਵਾਰੀ ਪ੍ਰਚਾਰ ਕੀਤਾ ਅਤੇ ਮੈਨੂੰ ਸਾਹਮਣੇ ਆਏ ਹੋਏ ਹੈ, ਹੈ ਨਾ, ਸਾਨੂੰ ਵੀ ਇਹ ਭੁਗਤਣਾ ਪੈਂਦਾ ਆ। ਪਰ ਜਦੋਂ ਜਦੋਂ ਮੈਂ ਜਾਂਦਾ ਮੈਂ ਸ਼ਹੀਦ ਪਰਿਵਾਰਾਂ ਦੇ ਕੋਲੇ, ਉਹ ਮੈਨੂੰ ਦੱਸਦੇ ਆ ਵੀ ਪੁਲਿਸ ਨੇ ਸਾਡੇ ਦੀ ਗੇਟ ਤੋੜਤੇ, ਸਾਡੇ ਬੂਹੇ ਤੋੜਤੇ, ਸਾਡਾ ਮਾਲ ਡੰਗਰ ਖੋਲ੍ਹਤਾ, ਸਾਡਾ ਖਾਣ ਪੀਣ ਵਾਲਾ ਸਮਾਨ ਡੋਲਤਾ, ਸਾਡਾ ਨਲਕਾ ਪੁੱਟਤਾ। ਇਹ ਕਿਉਂ ਕਰਦੇ ਸੀ, ਇਹਦਾ ਕੀ ਮਤਲਬ ਹੋਇਆ? ਮੰਨ ਲਓ ਲੋੜੀਂਦੇ ਮੈਨੂੰ ਤੁਸੀਂ ਹੋ, ਇੱਕ ਐਗਜ਼ਾਮਪਲ, ਮੈਂ ਥਾਣੇਦਾਰ ਹਾਂ, ਮੈਨੂੰ ਤੁਸੀਂ ਲੋੜੀਂਦੇ ਹੋ, ਮੈਂ ਤੁਹਾਡੇ ਪਰਿਵਾਰ ਦੇ ਵਿੱਚ ਆਇਆ, ਮੈਨੂੰ ਤੁਸੀਂ ਨਹੀਂ ਮਿਲੇ। ਹਾਂ ਮੈਂ ਇਹ ਗੱਲ ਪੁੱਛ ਸਕਦਾ ਕਿ ਬੰਦਾ ਛੇਤੀ ਤੋਂ ਛੇਤੀ ਹਾਜ਼ਰ ਕਰੋ, ਮੰਨ ਲਓ, ਹੈ ਨਾ, ਪਰ ਨਲਕਾ ਪੁੱਟ ਦੇਣਾ, ਨਿਆਣੇ ਪਾਣੀ ਪੀਣ ਤੋਂ ਵਾਂਝੇ ਹੋ ਗਏ, ਮਾਲ ਡੰਗਰ ਖੋਲ੍ਹ ਦੇਣਾ, ਸ਼ੀਸ਼ੇ ਤੋੜ ਦੇਣੇ, ਬੂਹਾ ਤੋੜ ਦੇਣਾ, ਕਈ ਵਾਰੀ ਤਾਂ ਜੀ ਪਾ ਕੇ ਕਹਿੰਦੇ ਮੰਜਿਆਂ ਦੇ ਵਿੱਚ ਮਾਰਦੇ ਹੁੰਦੇ ਸੀ, ਮੰਜੇ ਭੰਨ ਜਾਂਦੇ ਹੁੰਦੇ ਸੀ, ਚੁੱਲ੍ਹਾ ਭੰਨ ਜਾਣਾ, ਇਹ ਕਿਉਂ ਕਰਦੇ ਸੀ? ਮੈਂ ਤੁਹਾਨੂੰ ਦੱਸ ਕੇ ਹਟਿਆ, ਹਾਂ ਵੀ ਜਦੋਂ ਮੈਂ ਠਾਣੇਦਾਰ ਇੱਥੇ ਆਇਆ, ਉਹਨਾਂ ਠੁੱਡਾ ਮਾਰਨ ਦਾ ਕਾਰਨ ਸੀ ਕਿ ਦੁੱਧ ਨਾਲ ਤਾਂ ਕੁਛ ਨੀ ਵਿਗਾੜਿਆ ਉਹਨੇ, ਉਹ ਡਰਾਵਾ ਸੀ ਵੀ ਅਸੀਂ ਬਹੁਤ ਭਿਆਨਕ ਹੈਗੇ, ਜੇ ਇਹੋ ਜਿਹੇ ਤੁਸੀਂ ਬਹੁਤ ਭਿਆਨਕ ਰੂਪ ਹੁੰਦਾ ਸਾਡਾ, ਹਾਂ ਵੀ ਸਾਡਾ ਬਹੁਤ ਭਿਆਨਕ, ਜਿਹੜੇ ਆਂਢੀ ਗੁਆਂਢੀ ਆ, ਜਿਹੜੇ ਮਾੜੀ ਮੋਟੀ ਇਹਨਾਂ ਦੀ ਸੁਣਨ ਵਾਲੇ, ਮਦਦ ਕਰਨ ਵਾਲੇ ਆ, ਉਹ ਪਿੱਛੇ ਹਟ ਜਾਣ।
ਪ੍ਰੋਫੈਸਰ ਕਮਾਲ ਦੀ ਗੱਲ ਹੈ ਵੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਦੇ ਮਾਤਾ ਤੇ ਪਿਤਾ ਜੀ ਬੈਠੇ ਹੋਣ ਬੈਠੇ ਹੋਣ ਤੇ ਕਾੜਨੀ ਨੂੰ ਲੱਤ ਮਾਰ ਕੇ ਤੇ ਸਾਰਾ ਦੁੱਧ ਕਾੜਨੀ ਭੰਨ ਕੇ ਡੋਲ ਡੰਗਰ ਖੋਲਤੇ ਸਾਰੇ ਹਾਂ ਡੰਗਰ ਖੋਲਤੇ ਬੁੜੀਆਂ ਨੂੰ ਦਬਕੇ ਵੀ ਕਿੱਥੇ ਆ ਬੰਦੇ ਲਿਆਓ ਕੱਢੋ ਕਿੱਥੇ ਮਤਲਬ ਕੋਈ ਇਹੋ ਜਿਹੀ ਫੋਟੋ ਫੋਟੋ ਵੀ ਕੋਈ ਚੀਜ਼ ਹੈ ਫੋਟੋ ਤੋੜਤੀਆਂ ਫੋਟੋ ਚੱਕ ਕੇ ਲੈ ਗਏ ਵੀਡੀਓ ਜਿਹੜੀਆਂ ਆਮ ਘਰਾਂ 'ਚ ਪਹਿਲਾਂ ਉਹ ਦੂਜੀਆਂ ਹੁੰਦੀਆਂ ਸੀ ਜੋ ਸਮਾਨ ਉਹਨਾਂ ਦੇ ਹੱਥ 'ਚ ਆਇਆ ਉਹ ਸਾਰਾ ਹੀ ਲੈ